ਸਿੱਖਿਆ ਵਿਭਾਗ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤੇ ਆਏ ਦਿਨ ਹੀ ਨਵੀਆਂ ਨਵੀਆਂ ਸਕੀਮਾਂ ਅਤੇ ਕਾਨੂੰਨ ਲਾਗੂ ਕੀਤੇ ਜਾਂਦੇ ਨੇ। ਇਸੇ ਲੜੀ ਤਹਿਤ ਸਿੱਖਿਆ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਦੀਆਂ ਕਲਾਸਾਂ ਸ਼ੁਰੂ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਚੁਣਿਆ ਗਿਆ ਤਾਂ ਜੋ ਸਿੱਖਿਆ ਦੇ ਮਿਆਰ ਨੂੰ ਸਰਕਾਰੀ ਤੌਰ 'ਤੇ ਹੋਰ ਉੱਚਾ ਚੁੱਕਿਆ ਜਾ ਸਕੇ। ਪਰ ਜਲਦੀ ਵਿੱਚ ਸ਼ੁਰੂ ਕੀਤੀ ਇਸ ਸਕੀਮ ਤਹਿਤ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਕੋਈ ਵਧੀਆ ਸਹੂਲਤਾਂ ਨਹੀਂ ਦੇ ਸਕੀ। ਪ੍ਰੀ ਪ੍ਰਾਇਮਰੀ ਕਲਾਸ ਵਿੱਚ ਟੀਚਰ ਤਾਂ ਮੌਜੂਦ ਨੇ ਪਰ ਨਾ ਕੋਈ ਬਿਲਡਿੰਗ, ਨਾ ਕਾਪੀਆਂ ਕਿਤਾਬਾਂ ਅਤੇ ਨਾ ਹੀ ਬੱਚਿਆਂ ਲਈ ਖੇਡਣ ਦਾ ਸਮਾਨ ਬੱਚਿਆਂ ਨੂੰ ਮੁਹੱਈਆ ਕਰਵਾਇਆ ਗਿਆ। ਪੰਜਾਬ ਵਿੱਚ ਇਨ੍ਹਾਂ ਸਹੂਲਤਾਂ ਤੋਂ ਅਧੂਰੇ ਹੀ ਸਕੂਲ ਚੱਲ ਰਹੇ ਨੇ। ਪਰ ਦੂਜੇ ਪਾਸੇ ਸਕੂਲ ਦੀਆਂ ਹਾਲਤਾਂ ਤੋਂ ਨਾਖੁਸ਼ ਸਮਾਜ ਸੇਵੀ ਸੰਸਥਾਵਾਂ, ਪਿੰਡ ਵਾਸੀਆਂ ਅਤੇ NRI ਲੋਕਾਂ ਵੱਲੋਂ ਪਿੰਡ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਕਲਾਸਾਂ ਨੂੰ ਸਮਾਰਟ ਕਲਾਸਾਂ ਬਣਾਉਣ ਲਈ ਉਪਰਾਲਾ ਕੀਤਾ ਜਾ ਰਿਹਾ। ਜਿਸ ਦੇ ਤਹਿਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਬਾਜਾ ਵਿੱਚ ਸਰਕਾਰੀ ਸਕੂਲ ਦੇ ਵਿੱਚ ਪ੍ਰੀ ਪ੍ਰਾਇਮਰੀ ਕਲਾਸ ਨੂੰ ਸਮਾਰਟ ਕਲਾਸ ਬਣਾ ਕੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਗਈ ਹੈ। ਨਵੇਂ ਬਣੇ ਕਲਾਸਰੂਮ ਵਿੱਚ ਬੱਚਿਆਂ ਲਈ ਨਵੇਂ ਬੈਂਚ, ਸਮਾਰਟ LED, ਕੰਧਾਂ ਅਤੇ ਮਾਟੋ ਵਗੈਰਾ ਬਣਾ ਕੇ ਵੱਖਰੀ ਦਿੱਖ ਪ੍ਰਦਾਨ ਕੀਤੀ ਗਈ ਹੈ, ਜਿਸ ਦੀ ਉਚੇਚੇ ਤੌਰ 'ਤੇ ਰਸਮੀ ਸ਼ੁਰੂਆਤ ਹਲਕੇ ਦੇ MLA ਕੁਲਤਾਰ ਸਿੰਘ ਸੰਧਵਾ ਨੇ ਕਰਕੇ ਪ੍ਰੀ ਪ੍ਰਾਇਮਰੀ ਬੱਚਿਆਂ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਪ੍ਰਾਇਮਰੀ ਜ਼ਿਲ੍ਹਾ ਸਿੱਖਿਆ ਅਫਸਰ ਧਰਮਵੀਰ ਸਿੰਘ ਨੇ ਦੱਸਿਆ ਕਿ ਪਿੰਡ ਵੱਲੋਂ ਇਹ ਵਧੀਆ ਉਪਰਾਲਾ ਕੀਤਾ ਗਿਆ ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਕਲਾਸਾਂ ਦਾ ਵਿਸਥਾਰ ਵੱਡੇ ਪੱਧਰ 'ਤੇ ਚੱਲੇਗਾ। ਉਹਨਾਂ ਕਿਹਾ ਕਿ ਹੋਰਨਾਂ ਪਿੰਡਾਂ ਦੇ ਸਕੂਲਾਂ ਵਿੱਚ ਵੀ ਸਮਾਜ ਸੇਵੀ ਲੋਕਾਂ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਨੇ। ਪ੍ਰੀ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜਾ ਹੈਗਾ ਕਿ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਅਤੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਆਦੇਸ਼ਾਂ ਅਨੁਸਾਰ ਪ੍ਰੀ ਪ੍ਰਾਇਮਰੀ ਕਲਾਸਾਂ ਜਿਹੜੀਆਂ ਹੈਗੀਆਂ ਪੰਜਾਬ ਸਾਰੇ ਪੰਜਾਬ ਵਿੱਚ ਸ਼ੁਰੂਆਤ ਉਹਨਾਂ ਦੀ ਹੋ ਚੁੱਕੀ ਹੈ ਔਰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਦਾਨੀ ਸੱਜਣਾਂ ਦੇ ਨਾਲ, ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਔਰ ਅਧਿਆਪਕਾਂ ਨੇ ਪੱਲੋਂ ਪੈਸੇ ਪਾ ਕੇ ਇਹ ਪ੍ਰੀ ਪ੍ਰਾਇਮਰੀ ਸਕੂਲ ਵਾਸਤੇ ਜਿਹੜਾ ਹੈਗਾ ਇਹ ਕਲਾਸਰੂਮ ਤਿਆਰ ਕੀਤਾ ਗਿਆ ਜਿਹਦੇ ਵਿੱਚ ਲਗਭਗ 1,25,000 ਰੁਪਇਆ ਖਰਚਾ ਆਇਆ ਔਰ ਇਹਦੇ ਵਿੱਚ ਬੱਚਿਆਂ ਦੇ ਜਿਹੜੇ ਹੈਗੇ ਕਿ LED ਵਗੈਰਾ ਦਾਨੀ ਸੱਜਣਾਂ ਨੇ ਦਾਨ ਕੀਤੀ ਹੈਗੀ ਹੈ ਔਰ ਕੁਆਲਿਟੀ ਐਜੂਕੇਸ਼ਨ ਦੇਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਜਾ ਰਹੀ ਸੀ। ਪਰੰਤੂ ਪ੍ਰੀ ਪ੍ਰਾਇਮਰੀ ਸਕੂਲਾਂ 'ਚ ਉਹੀ ਜਿਹੜਾ ਹੈਗਾ ਉਹ LED ਯੂਜ਼ ਕੀਤੀ ਜਾ ਰਹੀ ਹੈ ਕਿ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਦੇਣ ਦੇ ਲਈ ਔਰ ਇੱਥੇ ਪਿੰਡ ਵਾਸੀਆਂ ਨੇ ਖੁਦ ਯਾਨੀ ਕਿ ਆਪਣੇ ਕੋਲੋਂ ਪੈਸਾ ਪਾ ਕੇ ਔਰ ਜਿਹੜੀ ਹੈ ਇਹ ਸਹੂਲਤਾਂ ਪ੍ਰਦਾਨ ਕੀਤੀਆਂ ਬੱਚਿਆਂ ਨੂੰ ਔਰ ਇੱਥੇ 26 ਬੱਚੇ ਦਾਖਲ ਹੋ ਚੁੱਕੇ ਨੇ ਪ੍ਰੀ ਪ੍ਰਾਇਮਰੀ ਵਿੱਚ ਅਤੇ ਜਿਹਦੇ ਵਿੱਚ ਜਿਹੜੇ ਹੈਗੇ ਆ 11 ਮੁੰਡੇ ਆ, ਬਾਕੀ ਗਰਲਸ ਨੇਗੀਆਂ ਔਰ ਉਹ ਐਜੂਕੇਸ਼ਨ ਨੂੰ ਲੈ ਰਹੇ ਨੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪਿੰਡ ਦੇ ਸਹਿਯੋਗ ਨਾਲ ਗੁਰਪ੍ਰੀਤ ਚੰਦਬਾਜਾ ਨੇ ਅੱਗੇ ਲੱਗ ਕੇ ਬਹੁਤ ਵਧੀਆ ਉਪਰਾਲਾ ਕੀਤਾ ਜਿੱਥੇ ਸਾਡੀਆਂ ਸਰਕਾਰਾਂ ਨੂੰ ਇਸ ਪਾਸੇ ਪਹਿਲ ਦੇ ਆਧਾਰ 'ਤੇ ਧਿਆਨ ਦੇਣਾ ਚਾਹੀਦਾ ਪਰ ਸਰਕਾਰਾਂ ਦੀਆਂ ਕਮੀਆਂ ਨੂੰ ਪਿੰਡ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਆਪਣੇ ਯਤਨਾਂ ਸਦਕਾ ਅਜਿਹਾ ਉਪਰਾਲਾ ਕਰਨਾ ਸ਼ਲਾਘਾਯੋਗ ਕਦਮ ਹੈ। ਔਰ ਇੱਕ ਮਾਡਲ ਚੰਦਬਾਜਾ ਇੱਕ ਮਾਡਲ ਬਣ ਕੇ ਉੱਗਿਆ, ਪਹਿਲਾਂ ਕੈਂਸਰ ਦੀ ਲੜਾਈ ਦੇ ਵਿੱਚ ਚੰਦਬਾਜਾ ਪਿੰਡ ਇੱਕ ਮਾਡਲ ਬਣ ਕੇ ਅੱਗੇ ਆਇਆ ਸੀ, ਹੁਣ ਐਜੂਕੇਸ਼ਨ ਜਿਹੜੀ ਸਾਡੀ ਪ੍ਰਾਈਵੇਟ ਐਜੂਕੇਸ਼ਨ ਨੂੰ ਤਕੜਾ ਕਰਨ ਵਾਸਤੇ, ਸਾਡੇ ਸਮਾਜ ਨੂੰ ਤਕੜਾ ਕਰਨ ਵਾਸਤੇ ਇੱਕ ਮਾਡਲ ਐਜੂਕੇਸ਼ਨ ਹੱਬ ਦੇ ਤੌਰ 'ਤੇ ਨਿਕਲੇਗਾ। ਇਸ ਇਹ ਸਮਾਰਟ ਕਲਾਸ ਬਣਾਈ ਗਈ ਹੈ ਜੀ ਨਰਸਰੀ ਦੇ ਬੱਚਿਆਂ ਵਾਸਤੇ ਤਾਂ ਕਿ ਬੱਚੇ ਆਉਣ,
ਇੱਥੇ ਬੜਾ ਵਧੀਆ ਐਂਬੀਅੰਸ ਹੈ, ਇੱਥੇ ਬਹੁਤ ਵਧੀਆ, ਇੱਥੇ ਤੁਹਾਡੀ ਜਿਹੜਾ LCD ਲਾਈ ਗਈ ਹੈ ਬੱਚਿਆਂ ਨੂੰ ਪੜ੍ਹਨ 'ਚ ਮਜ਼ਾ ਆਉਂਦਾ, ਅੱਜ ਕੱਲ੍ਹ ਬੱਚੇ ਕਾਰਟੂਨ ਬੜੇ ਪਸੰਦ ਕਰਦੇ ਨੇ, ਉਸ ਤਰ੍ਹਾਂ ਦਾ ਮਤਲਬ ਹਰੇਕ ਤਰ੍ਹਾਂ ਦੀ ਮਾਡਰਨ ਟੈਕਨੀਕ ਜਿਹੜੀ ਅਮਰੀਕਾ ਦੇ ਸਕੂਲਾਂ 'ਚ ਵਰਤੀ ਜਾਂਦੀ ਹੈ ਉਹ ਟੈਕਨੀਕ ਅੱਜ ਇੱਥੇ ਚੰਦਬਾਜਾ ਦੇ ਸਕੂਲ ਦੇ ਵਿੱਚ ਪਿੰਡ ਦੇ ਲੋਕਾਂ ਕਰਕੇ, ਇੱਥੋਂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਉੱਦਮ ਕਰਕੇ ਇਹ ਹੋਈ ਹੈ, ਔਰ ਬਹੁਤ ਵੱਡੀ ਗੱਲ ਹੈ। ਕਿੰਨਾ ਜੀ ਤੁਹਾਡਾ? ਮੇਰਾ ਨਾਮ ਸਰਦਾਰ ਪ੍ਰੀਤਮ ਸਿੰਘ ਜੀ। ਤੇ ਇਸ ਸਕੂਲ ਬਾਰੇ ਦੱਸੋ, ਤੁਹਾਡੇ ਬੱਚੇ ਪੜ੍ਹਦੇ? ਹਾਂਜੀ, ਸਾਡੇ ਬੱਚੇ ਪੜ੍ਹਦੇ, ਮੇਰਾ ਪਿੰਡ ਵੀ ਆਹੀ ਚੰਦਬਾਜਾ ਜੀ। ਸਾਡੇ ਬੱਚੇ ਜਦੋਂ ਕਮਰਾ ਦੇਖ ਕੇ ਗਏ ਜੀ, ਇਹ ਬਣਿਆ ਹੋਇਆ ਸਮਾਰਟ ਕਮਰਾ, ਬਹੁਤ ਵਧੀਆ ਕਮਰਾ ਜੀ। ਇਸ ਕਮਰੇ ਨੂੰ ਦੇਖ ਕੇ ਸਾਡੇ ਬੱਚੇ ਕਹਿੰਦੇ ਵੀ ਅਸੀਂ ਤਾਂ ਇੱਥੇ ਪੜ੍ਹਨਾ, ਛੋਟੇ ਬੱਚੇ ਵੀ। ਸਾਡੇ ਆਂਢ ਗੁਆਂਢ ਦੇ ਬੱਚੇ ਜਿਹੜੇ ਸਰਕਾਰੀ ਸਕੂਲ ਨਹੀਂ ਪੜ੍ਹਦੇ ਸੀ, ਪ੍ਰਾਈਵੇਟ 'ਚ ਪੜ੍ਹਦੇ ਸੀ, ਜਦੋਂ ਉਹਨਾਂ ਨੇ ਇਹ ਕਮਰੇ ਨੂੰ ਆ ਕੇ ਦੇਖਿਆ ਜੀ, ਉਹ ਕਹਿੰਦੇ ਅਸੀਂ ਵੀ ਇੱਥੇ ਹੀ ਆ ਕੇ ਪੜ੍ਹਨਾ ਜੀ। ਬਹੁਤ ਵਧੀਆ ਕਮਰਾ ਬਣਾਇਆ ਜੀ, ਅਤੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਜੀ ਸਰਕਾਰਾਂ ਇਸ ਚੀਜ਼ ਵੱਲ ਧਿਆਨ ਦੇਣ, ਇਹੋ ਜਿਹੇ ਕਮਰੇ ਹਰੇਕ ਪਿੰਡ ਹਰੇਕ ਥਾਂ 'ਤੇ ਪੰਜਾਬ 'ਚ ਬਣਨ, ਕਿਉਂਕਿ ਬੱਚੇ ਜੀ ਗਰੀਬ ਪਰਿਵਾਰ ਦੇ ਬੱਚੇ ਤਾਂ ਸਰਕਾਰੀ ਸਕੂਲਾਂ 'ਚ ਪੜ੍ਹ ਸਕਦੇ ਆ ਜੀ, ਪ੍ਰਾਈਵੇਟ 'ਚ ਤਾਂ ਬਹੁਤ ਜ਼ਿਆਦਾ ਖਰਚਾ ਜੀ। ਅਸੀਂ ਤਾਂ ਚਾਹੁੰਦੇ ਹਾਂ ਜੀ ਸਰਕਾਰਾਂ ਧਿਆਨ ਦੇਣ, ਇਹੋ ਜਿਹੇ ਕਮਰੇ ਹਰੇਕ ਪਿੰਡ ਦੇ ਵਿੱਚ ਬਣਾਉਣ, ਅਤੇ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਪਰਾਲਾ ਕੀਤਾ, ਸੋਸਾਇਟੀ ਵਾਲਿਆਂ ਨੇ ਅਤੇ NRI ਵੀਰਾਂ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਆਸ ਕਰਦੇ ਹਾਂ ਵੀ ਜੋ ਵੀ NRI ਵੀਰ ਅਤੇ ਹੋਰ ਸੋਸਾਇਟੀ ਵਾਲੇ ਜੋ ਸਾਡੀ ਗੱਲ ਨੂੰ ਸੁਣਦੇ ਹੋਣਗੇ ਅਤੇ ਸਕੂਲਾਂ ਵੱਲ ਧਿਆਨ ਦੇਣ ਜੀ, ਪਿੰਡਾਂ ਵਾਲੇ ਸਕੂਲਾਂ ਵੱਲ। ਫਰੀਦਕੋਟ ਤੋਂ ਜਗਤਾਰ ਦੋਸਾਂਝ, ATV ਨਿਊਜ਼।